प्यारे बच्चेओ, अज दी इस वीडियो राही असी 24 जुलाई 2020 दा जो काम आया है असी ओ करांगे। जिमें कि असी कल दा जो सानू कल काम आया सी ओ सीगा छुपी बेरोजगारी बारे, असी उस बारे पूरा विस्तार पूर्वक पढ़िया सी। अज असी सिक्ख्या बारे पढ़ांगे। सिक्ख्या मनुख दे विकास लई महत्वपूर्ण साधन है। सिक्ख्या इकल्ले मनुख दे ही नहीं सगो समुचे समाज दे विकास विच हिस्सा पाउंदी है। सानू चंगे स्कूल विच पढ़न दा मौका मिलदा है, सो सानू चंगे नागरिक बना के चंगी आमदन प्राप्त करन विच मदद करदा है, जिस नाल राष्ट्रीय आमदन विच वाधा हुंदा है। इस प्रकार सिक्ख्या मनुखी पूंजी निर्माण विच महत्वपूर्ण भूमिका निभाउंदी है। भारत सरकार द्वारा सिक्ख्या दे प्रसार लई हेठ लिखे अनुसार कदम चुके हन। मिड डे मील योजना, हर ज़िले विच नवोदया स्कूल, सर्व सिक्ख्या अभियान ਅਤੇ ਵੋਕੇਸ਼ਨਲ ਸਿੱਖਿਆ ਸ਼ੁਰੂ ਕੀਤੀ ਗਈ ਹੈ। ਸਿੱਖਿਆ ਸਿੱਖਿਆ ਕੀ ਹੈ? ਸਿੱਖਿਆ ਮਨੁੱਖ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਸਾਧਨ ਹੈ, ਕਿਉਂਕਿ ਕਿਸੇ ਦੇਸ਼ ਦੇ ਨਿਰਮਾਣ ਦੇ ਲਈ ਸਿੱਖਿਅਤ ਲੋਕਾਂ ਦਾ ਹੋਣਾ ਬੜਾ ਹੀ ਜ਼ਰੂਰੀ ਹੈ। ਜਿਵੇਂ ਕਿ ਅਸੀਂ ਪਹਿਲਾਂ ਪੜ੍ਹਦੇ ਆ ਰਹੇ ਹਾਂ ਇਤਿਹਾਸ ਦੇ ਵਿੱਚ ਕਿ ਜੋ ਸਾਡਾ ਪ੍ਰਾਚੀਨ ਪੱਥਰ ਯੁੱਗ ਦੇ ਵਿੱਚ ਜੋ ਮਨੁੱਖ ਸੀ ਬਿਲਕੁਲ ਪਸ਼ੂਆਂ ਵਾਂਗ ਰਹਿੰਦਾ ਸੀ, ਤਾਂ ਇਸਦਾ ਮਤਲਬ ਕੀ ਹੈ? ਉਹ ਸਿੱਖਿਅਕ ਨਹੀਂ ਸੀ। ਵਰਤਮਾਨ ਸਮੇਂ ਵਿੱਚ ਸਿੱਖਿਆ ਦੀ ਬਹੁਤ ਜ਼ਿਆਦਾ ਮਹੱਤਤਾ ਹੈ, ਕਿਉਂਕਿ ਹਰ ਇੱਕ ਜਗ੍ਹਾ 'ਤੇ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਿੱਖਿਆ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ। ਸਿੱਖਿਆ ਇਕੱਲੇ ਮਨੁੱਖ ਦੇ ਹੀ ਨਹੀਂ ਸਗੋਂ ਸਮੁੱਚੇ ਸਮਾਜ ਦੇ ਵਿਕਾਸ ਵਿੱਚ ਹਿੱਸਾ ਪਾਉਂਦੀ ਹੈ। ਸਿੱਖਿਆ ਜੋ ਜੇਕਰ ਕੋਈ ਵਿਅਕਤੀ ਪੜ੍ਹਦਾ ਹੈ ਉਹ ਇਕੱਲਾ ਹੀ ਨਹੀਂ ਪੜ੍ਹਦਾ, ਉਸ ਸਿੱਖਿਆ ਦਾ ਉਸਨੂੰ ਇਕੱਲੇ ਨੂੰ ਹੀ ਲਾਭ ਨਹੀਂ ਹੈ, ਉਸਦੀ ਉਸ ਸਿੱਖਿਆ ਦਾ ਪੂਰੇ ਸਮਾਜ ਨੂੰ ਲਾਭ ਹੁੰਦਾ ਹੈ। ਕਿਉਂਕਿ ਜਿਵੇਂ ਅਸੀਂ ਦੇਖਦੇ ਹਾਂ ਜੋ ਵਿਅਕਤੀ ਵਧੀਆ ਪੜ੍ਹ ਲਿਖ ਜਾਂਦਾ, ਪੜ੍ਹ ਕੇ ਹੀ ਕੋਈ ਡਾਕਟਰ ਬਣਦਾ, ਪੜ੍ਹ ਕੇ ਹੀ ਕੋਈ ਇੰਜੀਨੀਅਰ ਬਣਦਾ, ਪੜ੍ਹ ਕੇ ਹੀ ਕੋਈ ਅਧਿਆਪਕ ਬਣਦਾ, ਜੇਕਰ ਕੋਈ ਪੜ੍ਹੇਗਾ ਨਹੀਂ ਤਾਂ ਉਹ ਸਮਾਜ ਨੂੰ ਕਿਵੇਂ ਅੱਗੇ ਲੈ ਕੇ ਜਾਵੇਗਾ? ਤਾਂ ਫਿਰ ਸਿੱਖਿਆ ਇਕੱਲੇ ਮਨੁੱਖ ਦੇ ਹੀ ਨਹੀਂ ਸਗੋਂ ਸਮੁੱਚੇ ਸਮਾਜ ਦੇ ਵਿਕਾਸ ਵਿੱਚ ਹਿੱਸਾ ਪਾਉਂਦੀ ਹੈ। ਸਿੱਖਿਆ ਬਹੁਤ ਹੀ ਜ਼ਰੂਰੀ ਹੈ। ਸਾਨੂੰ ਚੰਗੇ ਸਕੂਲ ਵਿੱਚ ਪੜ੍ਹਨ ਦਾ ਮੌਕਾ ਮਿਲਦਾ ਹੈ, ਜੋ ਸਾਨੂੰ ਚੰਗੇ ਨਾਗਰਿਕ ਬਣਾ ਕੇ ਚੰਗੀ ਆਮਦਨ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ। ਦੇਖੋ, ਸਿੱਖਿਆ ਸਭ ਤੋਂ ਅਹਿਮ ਹੈ। ਸਿੱਖਿਆ ਸਾਨੂੰ ਇੱਕ ਚੰਗੇ ਸਕੂਲ ਵਿੱਚ ਚੰਗੀ ਸਿੱਖਿਆ ਮਿਲਦੀ ਹੈ। ਚੰਗੀ ਸਿੱਖਿਆ ਨਾਲ ਅਸੀਂ ਚੰਗੇ ਨਾਗਰਿਕ ਬਣਦੇ ਹਾਂ। ਸਿੱਖਿਆ ਪ੍ਰਾਪਤ ਕਰਕੇ ਅਸੀਂ ਚੰਗੇ ਨਾਗਰਿਕ ਬਣਦੇ ਹਾਂ। ਜਿਵੇਂ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਜੋ ਬੱਚਾ ਪੈਦਾ ਹੁੰਦਾ ਹੈ, ਜੇ ਪੈਦਾ ਹੁੰਦੇ ਬੱਚੇ ਨੂੰ ਜੰਗਲ ਵਿੱਚ ਛੱਡ ਦਈਏ ਤਾਂ ਉਸਦੇ ਉੱਤੇ ਜੋ ਜੰਗਲ ਦੀ ਸਿੱਖਿਆ ਹੈ ਉਸਦਾ ਵਿਵਹਾਰ ਉਹੋ ਜਿਹਾ ਹੋ ਜਾਵੇਗਾ ਕਿ ਜਿਵੇਂ ਜੰਗਲੀ ਜਾਨਵਰ ਆਵਾਜ਼ਾਂ ਕੱਢਦੇ ਹਨ ਉਹ ਉਸੇ ਤਰ੍ਹਾਂ ਆਵਾਜ਼ਾਂ ਕੱਢੇਗਾ। ਜੋ ਜੰਗਲੀ ਜਾਨਵਰ ਜਿਵੇਂ ਚਾਰ ਪੈਰਾਂ 'ਤੇ ਤੁਰਦੇ ਹਨ ਤਾਂ ਉਹ ਬੱਚਾ ਵੀ ਉਹਨਾਂ ਦੇ ਵਾਂਗ ਉਸ ਤਰ੍ਹਾਂ ਹੀ ਤੁਰੇਗਾ। ਤਾਂ ਸਿੱਖਿਆ ਦਾ ਬਹੁਤ ਹੀ ਅਹਿਮ ਰੋਲ ਹੈ, ਸਾਨੂੰ ਚੰਗੇ ਨਾਗਰਿਕ ਬਣਾ ਕੇ ਚੰਗੀ ਆਮਦਨ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ। ਜੇਕਰ ਅਸੀਂ ਸਿੱਖਿਅਤ ਹੋਵਾਂਗੇ ਤਾਂ ਸਾਡਾ ਕੋਈ ਸ਼ੋਸ਼ਣ ਨਹੀਂ ਕਰ ਸਕੇਗਾ ਸਾਨੂੰ। ਕੋਈ ਜੋ ਸਹੀ ਰੇਟ ਹੈ, ਭਾਵ ਮੰਨ ਲਓ ਕਿਸੇ ਚੀਜ਼ ਦੇ ਉੱਪਰ 500 ਰੁਪਇਆ ਕੀਮਤ ਲਿਖੀ ਹੋਈ ਹੈ ਤਾਂ ਅਸੀਂ ਫੱਟ ਦਿਨੇ ਪੜ੍ਹ ਲੈਂਦੇ ਹਾਂ ਕਿ ਇਸ ਦੀ ਕੀਮਤ ਕਿੰਨੀ ਹੈ। ਫਿਰ ਅਸੀਂ ਪੁੱਛਦੇ ਹਾਂ ਵੀ ਕਿੰਨਾ ਲੈਸ ਕਰੇਗਾ, ਕਿੰਨਾ ਡਿਸਕਾਊਂਟ ਕਰੇਗਾ, ਦੁਕਾਨਦਾਰ ਨੂੰ ਪੁੱਛਦੇ ਹਾਂ। ਜੇਕਰ ਅਸੀਂ ਸਿੱਖਿਅਕ ਨਹੀਂ ਹੋਵਾਂਗੇ, ਅਸੀਂ ਪੜ੍ਹੇ ਲਿਖੇ ਨਹੀਂ ਹੋਵਾਂਗੇ, ਸਾਨੂੰ ਸਮਝ ਨਹੀਂ ਹੋਵੇਗੀ, ਤਾਂ ਫਿਰ ਅਸੀਂ ਕਿੱਥੋਂ ਦੁਕਾਨਦਾਰ ਨਾਲ ਇੰਨੀਆਂ ਗੱਲਾਂ ਕਰ ਲਾਂਗੇ, ਕਿੱਥੋਂ ਅਸੀਂ ਉਸ ਚੀਜ਼ ਦਾ ਰੇਟ ਦੇਖ ਲਾਂਗੇ? ਤਾਂ ਅਸੀਂ ਜਿੰਨੇ ਦੁਕਾਨਦਾਰ ਮੰਗੇਗਾ ਅਸੀਂ ਉਨੇ ਹੀ ਪੈਸੇ ਉਸਨੂੰ ਦੇ ਦੇਵਾਂਗੇ। ਤਾਂ ਸਿੱਖਿਆ ਚੰਗੀ ਆਮਦਨ ਪ੍ਰਾਪਤ ਕਰਨ ਵਿੱਚ ਵੀ ਮਦਦ ਕਰਦਾ ਹੈ। ਜੇਕਰ ਕੋਈ ਵਿਅਕਤੀ ਵਧੀਆ ਪੜ੍ਹਿਆ ਲਿਖਿਆ ਹੈ ਤਾਂ ਉਸਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕਦਾ ਹੈ। ਅਤੇ ਇਹ ਸਾਰਾ ਕੁਛ ਐਂਡ 'ਤੇ ਜਾ ਕੇ ਕਿਸ ਚੀਜ਼ ਵਿੱਚ ਵਾਧਾ ਕਰਦਾ ਹੈ? ਵਾਧਾ ਕਰਦਾ ਹੈ ਰਾਸ਼ਟਰੀ ਆਮਦਨ ਵਿੱਚ, ਕਿਉਂਕਿ ਜੋ ਰਾਸ਼ਟਰੀ ਆਮਦਨ ਹੁੰਦੀ ਹੈ ਉਹ ਇੱਕ ਨਿਸ਼ਚਿਤ ਸਮੇਂ ਦੇ ਦੌਰਾਨ ਉਸ ਦੇਸ਼ ਦੇ ਵਿਅਕਤੀਆਂ ਦੀ ਵਿਆਜ, ਲਗਾਨ, ਲਾਭ, ਮਜ਼ਦੂਰੀ, ਸਾਰੇ ਕੰਮ ਕਰਕੇ ਜੋ ਉਹਨਾਂ ਨੂੰ ਆਮਦਨ ਪ੍ਰਾਪਤ ਹੁੰਦੀ ਹੈ ਉਹਨਾਂ ਦੇ ਸਾਰਿਆਂ ਦੇ ਜੋੜ ਨੂੰ ਐਂਡ 'ਤੇ ਜਾ ਕੇ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਜੇਕਰ ਕੋਈ ਪੜ੍ਹਿਆ ਲਿਖਿਆ ਵਧੀਆ ਹੋਵੇਗਾ, ਸਿੱਖਿਅਤ ਹੋਵੇਗਾ, ਤਾਂ ਹੀ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇਸ ਪ੍ਰਕਾਰ ਸਿੱਖਿਆ ਮਨੁੱਖੀ ਪੂੰਜੀ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਭਾਰਤ ਸਰਕਾਰ ਦੁਆਰਾ ਸਿੱਖਿਆ ਦੇ ਪ੍ਰਸਾਰ ਲਈ ਹੇਠ ਅਨੁਸਾਰ ਕਦਮ ਚੁੱਕੇ ਹਨ। ਸਾਡੀ ਭਾਰਤ ਸਰਕਾਰ ਸਾਡੀ ਸੈਂਟਰ ਗੌਰਮੈਂਟ ਚਾਹੁੰਦੀ ਹੈ ਕਿ ਬੱਚੇ ਵਧੀਆ ਪੜ੍ਹਨ, ਤਾਂ ਕਰਕੇ ਉਹਨਾਂ ਨੇ ਮਿਡ ਡੇ ਮੀਲ ਯੋਜਨਾ, ਸਾਰੇ ਵਿਦਿਆਰਥੀ ਜਾਣਦੇ ਨੇ, ਸਰਕਾਰੀ ਸਕੂਲਾਂ ਵਿੱਚ 8ਵੀਂ ਜਮਾਤ ਤੱਕ, ਸਰਕਾਰੀ ਸਕੂਲਾਂ ਦੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਦੁਪਹਿਰ ਦੇ ਖਾਣੇ ਦਾ ਸਕੂਲ ਵਿੱਚ ਹੀ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਜੋ ਪੌਸ਼ਟਿਕ ਤੱਤ ਹਨ ਵਧੀਆ ਭੋਜਨ ਮਿਲ ਸਕੇ ਅਤੇ ਵਿਦਿਆਰਥੀਆਂ ਦਾ ਮਾਨਸਿਕ ਸਰੀਰਕ ਚੰਗਾ ਵਿਕਾਸ ਹੋ ਸਕੇ। ਮਿਡ ਡੇ ਮੀਲ ਯੋਜਨਾ ਹਰ ਜ਼ਿਲ੍ਹੇ ਵਿੱਚ ਨਵੋਦਿਆ ਸਕੂਲ, ਅਤੇ 5ਵੀਂ ਕਲਾਸ ਤੋਂ ਬਾਅਦ 8ਵੀਂ ਕਲਾਸ ਤੋਂ ਬਾਅਦ ਟੈਸਟ ਹੁੰਦੇ ਹਨ ਅਤੇ ਬੱਚੇ ਉਸ ਟੈਸਟ ਨੂੰ ਦੇ ਕੇ ਨਵੋਦਿਆ ਸਕੂਲਾਂ ਵਿੱਚ ਜਾਂਦੇ ਹਨ, ਜਿੱਥੇ ਉਹਨਾਂ ਦੀ ਪੜ੍ਹਾਈ, ਉਹਨਾਂ ਦਾ ਰਹਿਣ ਸਹਿਣ ਸਾਰਾ ਕੁਝ ਬਿਲਕੁਲ ਮੁਫਤ ਹੁੰਦਾ ਹੈ। ਸਰਵ ਸਿੱਖਿਆ ਅਭਿਆਨ, ਸਰਵ ਸਿੱਖਿਆ ਅਭਿਆਨ ਦੇ ਤਹਿਤ 6 ਤੋਂ 14 ਸਾਲ ਦੇ ਬੱਚਿਆਂ ਦੇ ਲਈ ਭਾਵ 8ਵੀਂ ਕਲਾਸ ਦੇ ਵਿਦਿਆਰਥੀਆਂ ਤੱਕ ਬੱਚਿਆਂ ਲਈ ਸਿੱਖਿਆ ਮੁਫਤ ਅਤੇ ਲਾਜ਼ਮੀ ਕੀਤੀ ਗਈ ਹੈ। ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੀਆਂ ਵਰਦੀਆਂ, ਸਭ ਕੁਝ ਫ੍ਰੀ ਕੀਤਾ ਗਿਆ ਹੈ। ਵੋਕੇਸ਼ਨਲ ਸਿੱਖਿਆ ਸ਼ੁਰੂ ਕੀਤੀ ਗਈ ਹੈ, ਵੋਕੇਸ਼ਨਲ ਭਾਵ ਕਿੱਤਾ ਮੁਖੀ, ਤਾਂ ਜੋ ਵਿਦਿਆਰਥੀ 11ਵੀਂ 12ਵੀਂ ਕਰਦੇ ਹੋਈ ਕੋਈ ਨਾ ਕੋਈ ਕੰਮ ਸਿੱਖ ਲੈਣ, ਤਾਂ ਇਸ ਤਰ੍ਹਾਂ ਦੀ ਸਿੱਖਿਆ ਵੀ ਸਾਡੀ ਸਰਕਾਰ ਨੇ ਸ਼ੁਰੂ ਕੀਤੀ ਹੈ। ਪਹਿਲਾ ਕੁਐਸਚਨ, ਮਨੁੱਖ ਦੇ ਵਿਕਾਸ ਲਈ ਮਹੱਤਵਪੂਰਨ ਸਾਧਨ ਕਿਹੜਾ ਹੈ? ਸਿੱਖਿਆ। ਭਾਰਤ ਸਰਕਾਰ ਦੁਆਰਾ ਸਿੱਖਿਆ ਦੇ ਪ੍ਰਸਾਰ ਲਈ ਕਿਹੜੇ ਕਿਹੜੇ ਕਦਮ ਚੁੱਕੇ ਗਏ ਹਨ? ਮਿਡ ਡੇ ਮੀਲ ਯੋਜਨਾ, ਹਰ ਜ਼ਿਲ੍ਹੇ ਵਿੱਚ ਨਵੋਦਿਆ ਸਕੂਲ, ਅਸੀਂ ਹੁਣੇ ਪੜ੍ਹਿਆ ਹੈ, ਖਾਲਿਸਤਾਨ ਭਰੋ, ਸਿੱਖਿਆ ਮਨੁੱਖੀ ਪੂੰਜੀ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਸਾਨੂੰ ਸਕੂਲ ਵਿੱਚ ਪੜ੍ਹਨ ਦਾ ਮੌਕਾ ਮਿਲਦਾ ਹੈ, ਸਿੱਖਿਆ ਮਨੁੱਖ ਦੇ ਵਿਕਾਸ ਲਈ ਮਹੱਤਵਪੂਰਨ ਸੋਮਾ ਹੈ, ਸਾਧਨ ਹੈ ਜਾਂ ਸੋਮਾ ਹੈ। ਸਹੀ ਜਾਂ ਗਲਤ, ਸਰਕਾਰ ਦੁਆਰਾ ਮਿਡ ਡੇ ਮੀਲ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਬਿਲਕੁਲ ਸਹੀ ਹੈ। ਸਿੱਖਿਆ ਚੰਗੇ ਨਾਗਰਿਕ ਬਣਨ ਵਿੱਚ ਮਦਦ ਕਰਦੀ ਹੈ, ਇਹ ਵੀ ਬਿਲਕੁਲ ਸਹੀ ਹੈ। ਇਸ ਪ੍ਰਕਾਰ ਅਸੀਂ 9ਵੀਂ ਸ਼੍ਰੇਣੀ ਦਾ ਜੋ ਕੰਮ ਆਇਆ ਅੱਜ ਦਾ, ਅਸੀਂ ਉਹ ਕੀਤਾ। ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਹੀ ਮਾਧਿਅਮਾਂ ਵਿੱਚ ਕੁਐਸਚਨ ਆਨਸਰ ਕੀਤੇ ਹੋਏ ਹਨ, ਤਾਂ ਜੋ ਵਿਦਿਆਰਥੀ ਆਪਣਾ ਆਪਣਾ ਕੰਮ ਕਰ ਸਕਣ। ਧੰਨਵਾਦ।